ਕਿੱਦਾਂ ਸਾਰੇ ਆ, ਮੇਰਾ ਨਾਮ ਅਰਸ਼ੀਰ ਆ ਤੇ ਅੱਜ ਮੈਂ ਤੁਹਾਨੂੰ ਨਾ ਇਹ ਸਾਰੀ ਚੀਜ਼ਾਂ ਰਿਵਿਊ ਕਰਕੇ ਦੱਸਾਂਗਾ। ਤਾਂ ਪਹਿਲਾਂ ਆ ਰਹੀ ਆਪਣੀ ਟੇਪ, ਨੋਰਮਲ ਜੀ ਟੇਪ ਆ, ਡੈਕੋਰੇਟਿਵ ਟੇਪ। ਅਤੇ ਆ ਸਾਡੇ ਥੋੜ੍ਹੇ ਕਿਊਟ ਜਿਹੇ ਪੈੱਨ। ਅਤੇ ਤੁਹਾਨੂੰ ਪਿਛਲੀ ਵਾਰ ਇਹ ਪਿਛਲੀ ਸ਼ੋਰਟਸ ਦੇ ਤੁਹਾਨੂੰ ਦਿਖਾਇਆ ਸੀਗਾ ਪੰਚ, ਕਈ ਲੋਕਾਂ ਨੂੰ ਸਮਝ ਨਹੀਂ ਲੱਗੀ ਸੀਗੀ, ਇਸ ਲਈ ਦੁਬਾਰਾ ਕਰਾਂਗੇ। ਥੋੜ੍ਹੀਆਂ ਜਿਹੀਆਂ ਹੋਰ ਡੈਕੋਰੇਟਿਵ ਟੇਪਸ ਆ ਕਿਉਂਕਿ ਸਾਡੇ ਕੋਲ ਸਮਾਨ ਦੀ ਕਮੀ ਹੋ ਰਹੀ ਸੀ। ਤੁਹਾਨੂੰ ਇਹ ਸਾਰੀਆਂ ਚੀਜ਼ਾਂ ਨਾ ਪੇਪਰ ਦੇ ਉੱਪਰ ਲਗਾ ਕੇ ਦੱਸਾਂਗੇ। ਹੁਣ ਨਾ ਤੁਹਾਨੂੰ ਵੀ ਆਮ ਥੋੜ੍ਹਾ ਜਿਹਾ ਕਰਕੇ ਦਿਖਾਊਗਾ। ਗਾਈਸ ਹੁਣ ਸਟਾਰਟ ਕਰਦੇ ਹਾਂ ਆਪਾਂ ਪਹਿਲਾਂ ਡੈਕੋਰੇਟਿਵ ਟੇਪ ਤੋਂ। ਪਹਿਲਾਂ ਆਪਾਂ ਇਹਨੂੰ ਖੋਲ੍ਹਦੇ ਹਾਂ, ਬਾਹਰ ਕਿੱਧਰ ਕੱਢਦੇ ਹੈ। ਜਿਹੜਾ ਕਿਨਾਰਾ ਲੱਭ ਗਿਆ ਨਾ ਉਹ ਤੁਹਾਨੂੰ ਮਿਲਾਂਗਾ। ਜਿਹੜੀ ਪਿਛਲੀ ਟੇਪ ਸੀ ਉਹਦਾ ਕਿਨਾਰਾ ਸਾਨੂੰ ਮਿਲਿਆ ਨਹੀਂ, ਇਸ ਲਈ ਅਸੀਂ ਆਹ ਲੈ ਲਈ ਕਿਉਂਕਿ ਇਹਦਾ ਕਿਨਾਰਾ ਆ ਲਿਆ ਆ ਲਿਆ। ਅਤੇ ਪਹਿਲਾਂ ਇਹਨੂੰ ਆਪਾਂ ਇੱਥੇ ਲਾਉਂਦੇ ਹਾਂ, ਕੱਟਣਾ ਕਿੱਦੇ ਨਾਲ ਆ ਆਪਣੀ ਵਾਰੀ ਆ ਪੰਚ ਦੀ, ਅਗਲੇ ਪੰਚ ਦੀ। ਦੇਖੋ ਮੇਰੇ ਤੋਂ ਪੰਚ ਨਹੀਂ ਹੁੰਦਾ। ਪੇਪਰ ਦੇ ਡਾਲਣਾ, ਆਰਾਮ ਨਾਲ ਡਾਲਣਾ, ਹਵਾ 'ਚ ਪੇਪਰ ਨੂੰ ਚੱਕਣਾ ਅਤੇ ਬਸ ਉੱਪਰੋਂ ਪ੍ਰੈਸ ਕਰਨਾ। ਤੁਹਾਨੂੰ ਟਰਟਲ ਦੀ ਸ਼ੇਪ ਦਿਖ ਰਹੀ ਹੈ, ਅਤੇ ਇੱਥੇ ਵੀ ਟਰਟਲ ਦੀ ਸ਼ੇਪ ਆ ਚੁੱਕੀ ਹੈ। ਗਾਈਸ ਹੁਣ ਆਉਂਦੇ ਆ ਸਾਡੇ ਕਿਊਟ ਜੇ ਪੈਨ। ਹੁਣ ਕਿਊਟ ਜੇ ਪੈਨ ਦਾ ਤੁਹਾਨੂੰ ਪਤਾ ਨਹੀਂ ਕੀ ਕਰਨਾ। ਅਸੀਂ ਨਾ ਪਤਾ ਨਹੀਂ ਕਦੋਂ ਕਦੋਂ ਖਰੀਦੇ ਸੀਗੇ, ਪਤਾ ਨਹੀਂ ਕਿੰਨੇ ਰੁਪਏ ਦੇ ਆਏ ਹੋਊਗੇ, ਪਰ ਅੱਜ ਚੱਲਦੇ ਆ। ਗਾਈਸ ਪਲੀਜ਼ ਸਬਸਕ੍ਰਾਈਬ ਕਰ ਦਿਓ, ਤੁਸੀਂ ਸਬਸਕ੍ਰਾਈਬ ਨਹੀਂ ਕਰਦੇ। ਹੁਣ ਗਾਈਸ ਆਪਾਂ ਹੁਣ ਆਹ ਵਾਲੀ ਟੇਪ ਦੇ ਨਾਲ ਕਰੂੰਗੇ। ਹੁਣ ਟੇਪ ਵਾਲੀ ਟੇਪ ਨੂੰ ਨਾ ਆਪਾਂ ਸਾਰੇ ਟੇਪਸ ਡੈਕੋਰੇਟਿਵ ਟੇਪਸ ਆ, ਅਤੇ ਜਿਹੜੀ ਇਹਨੇ ਇੱਦਾਂ ਟੇਪ ਲਈ ਨਾ ਇੱਦਾਂ ਟੇਪ ਲੱਗੂਗੀ ਨਹੀਂ, ਇਹਦੇ ਨੀਚੇ ਗਲਿਊ ਲਾਉਣੀ ਪਊਗੀ। ਇੱਦਾਂ ਨਹੀਂ ਲੱਗੂਗੀ ਟੇਪ, ਇਹਦੇ ਨੀਚੇ ਪਹਿਲਾਂ ਗਲੂ ਲਾਉਣੀ ਪਊਗੀ। ਇਹਦੇ 'ਚ ਪਹਿਲਾਂ ਇਹਦੇ ਇੱਦਾਂ ਹੀ ਟੇਪ ਆ, ਇਹਦੇ ਵਿੱਚ ਗਲੂ ਲਾਉਣੀ, ਇੱਥੇ ਗਲੂ ਲਾਉਣੀ। ਗੱਲ ਨਹੀਂ ਗਾਇਸ ਤੁਹਾਨੂੰ ਅਸੀਂ ਗਲੂ ਲਗਾ ਕੇ ਦਿਖਾਉਂਦੇ ਹਾਂ। ਗਾਇਸ ਦੇਖੋ ਤੁਸੀਂ ਇੱਦਾਂ ਕਰਨਾ, ਪਹਿਲਾਂ ਇੱਥੇ ਬਿਲਕੁਲ ਗਲੂ ਲਾ ਦੇਣੀ ਆ, ਤੁਹਾਡੀ ਮਰਜ਼ੀ ਕਿਹੜੀ ਗਲੂ ਲਾਉਣੀ ਚਾਹੋਗੇ। ਅਸੀਂ ਆ ਯੈਲੋ ਵਾਲੀ ਇੱਥੇ ਫੈਵਿਕ ਗਮ ਤੇ ਗਲੂ ਦੇਖ ਰਹੀ ਹੈ, ਗਲੂ ਮੈਨੂੰ ਵੀ ਨਹੀਂ ਦੇਖ ਰਹੀ ਗਾਇਸ। ਬਸ ਗਲੂ ਨੂੰ ਬੰਦ ਕਰ ਦਿਓ, ਥੋੜ੍ਹੀ ਜਿਹੀ ਲਗਾਉਣੀ ਹੈ ਗਲੂ, ਥੋੜ੍ਹੀ ਜਿਹੀ, ਨਹੀਂ ਤਾਂ ਬਾਹਰ ਆ ਜਾਏਗੀ। ਉਸ ਤੋਂ ਬਸ ਪਕੜ ਕੇ ਉਹਨੂੰ ਫੈਲਾ ਦੇਣਾ, ਪੂਰੀ ਟੇਪ ਦੇ ਉੱਪਰ ਫੈਲਾ ਦੇਣੀ ਚਾਹੀਦੀ। ਤੁਸੀਂ ਫੈਵੀ ਗਲੂ ਯੂਜ਼ ਕਰ ਸਕਦੇ ਹੋ, ਫੈਵੀ ਗਮ ਤੁਹਾਡੀ ਮਰਜ਼ੀ ਹੈ, ਕੋਈ ਵੀ ਤੁਸੀਂ ਕਿਸੇ ਬ੍ਰਾਂਡ ਦੀ ਤੁਸੀਂ ਯੂਜ਼ ਕਰ ਸਕਦੇ ਹੋ। ਮੇਰੇ ਤਾਂ ਥੋੜ੍ਹੀ ਉੱਪਰ ਜ਼ਿਆਦਾ ਲੱਗ ਗਿਆ, ਇਸ ਲਈ ਨਾ ਬਲੈਕ ਬੋਰਡ ਦੇ ਉੱਪਰ ਥੋੜ੍ਹੀ ਲੱਗ ਰਹੀ ਹੈ। ਉਸ ਤੋਂ ਬਾਅਦ ਹੁਣ ਬਸ ਤੁਸੀਂ ਨਾ ਜਾਣੀ ਹੈ, ਉਸ ਤੋਂ ਬਾਅਦ ਧਿਆਨ ਨਾਲ ਲਗਾਉਣੀ ਆ ਵੀ ਕਿਤੇ ਬਾਹਰ ਨਾ ਲੱਗ ਜਾਵੇ। ਲੱਗ ਗਈ ਭਾਜੀ, ਲਗਾ ਦੇ, ਕੱਟਣਾ ਪੈਣਾ, ਕੱਟਣਾ ਪੈਣਾ, ਕੱਟਦੇ 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 ਕੱਟ ਓਕ ਗਾਇਸ, ਕੱਟ ਹੀ ਨਹੀਂ ਹੋ ਰਹੀ ਗਲੂ, ਇਨਵਿੰਸੀਬਲ ਗਲੂ ਬਣ ਚੁੱਕੀ ਹੈ ਗਲੂ। ਗਾਇਸ ਕੱਟ ਹੀ ਨਹੀਂ ਹੋ ਰਹੀ, ਗਾਇਸ ਕੱਟ ਗਈ ਆ। ਅਤੇ ਗਾਈਸ ਹੁਣ ਮੇਰਾ ਭਰਾ ਦੱਸੂਗਾ ਸਾਰਾ ਕੁਛ। ਸੋਰੀ ਗਾਈਸ ਕੁਛ ਨਹੀਂ ਯਾਰ।
अरे भाई समय समाप्ति हुई। तो गाइस अगली बार से नहीं हंसी का गाना वीडियो पसंद है। गुड बाय।